ਆ ਪਿਛਲੇ ਮੁੰਡੇ ਬਹਿ ਜਾਓ, ਤੁਹਾਨੂੰ ਮਿਲੂਗਾ ਸੰਤਰੇ ਦਾ ਜੂਸ, ਨਿਕਲਿਆ ਪਿਆ ਜਲੂਸ। ਬਹਿ ਜਾਓ ਮੇਰੇ ਭਰਾ, ਬਹਿ ਜਾਓ ਮੇਰੇ ਵੀਰ, ਛੋਟੇ ਵੀਰ ਵੱਡੇ ਵੀਰ। ਇਹ ਗੀਤ ਪੰਜਾਬ ਹਜੇ ਵੀ ਬਹੁਤ ਚੰਗਾ ਹੈ, ਬਾਕੀਆਂ ਨਾਲੋਂ ਚੰਗਾ ਹੈ, ਪਰ ਪੰਜਾਬ ਦੀ ਨਿਗਾਹ 'ਚ ਬਹੁਤ ਮਾੜਾ ਹੋਇਆ ਪਿਆ। ਪਰ ਜਦੋਂ ਬਾਹਰ ਲੈਣਾ ਮਿਲਾ ਕੇ ਦੇਖੀ ਤਾਂ ਹਜੇ ਵੀ ਬਹੁਤ ਚੰਗੇ ਆ। ਹਾਂ, ਬਾਕੀਆਂ ਨਾਲੋਂ ਚੰਗਾ ਹੈ, ਜਿੱਦਾਂ ਦੇ ਅਵਤਾਰ ਇਸ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਗਏ ਹੈ, ਉਦਾਂ ਦਾ ਨਹੀਂ ਹੈ। ਜ਼ਿੰਮੇਵਾਰ ਕੌਣ ਹੈ? ਜਵਾਨੀ, ਕਿਉਂਕਿ ਦਾਦੇ ਪੜਦਾਦਿਆਂ ਨੇ, ਸਾਡੇ ਪਿਓਵਾਂ ਨੇ, ਉਹਨਾਂ ਨੇ ਆਪਣਾ ਜੋ ਬੀਜਣਾ ਸੀ ਬੀਜ ਲਿਆ, ਕੰਮ ਕਰ ਕਰਕੇ ਘਰ ਬਾਰ ਬਣਾ ਕੇ ਦੇਤੇ, ਕੰਮ ਕਰ ਦੇਤੇ, ਉਹ ਚਲਾਉਣਾ ਕਿਹੜੇ ਆ ਅੱਜ ਦੀ ਜਵਾਨੀ ਨੇ? ਜਿੰਨੇ ਵੀ ਸਾਡੇ ਚੋਬਰ 15 ਸਾਲ ਤੋਂ ਲੈ ਕੇ 32 33 35 ਵਾਲੇ ਬੈਠੇ ਆ, ਇਹਨਾਂ ਦੇ ਮੋਢਿਆਂ 'ਤੇ ਪੰਜਾਬ ਖੜਾ ਹੈ, ਤੁਹਾਡੇ ਮੋਢੇ 'ਤੇ ਪੰਜਾਬ ਖੜਾ ਹੈ। ਜੇ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਗਏ, ਕੰਮਾਂ ਤੋਂ ਭੱਜ ਗਏ, ਇਕੱਲੇ ਗੇੜੀਆਂ ਜੋਗੇ ਰਹਿ ਗਏ, ਜਾਂ ਮਾੜਾ ਮੋਟਾ ਕੋਈ ਭਰ ਲਈ, ਖਾਲੀ ਕਰ ਲਈ, ਦੱਬ ਲਈ, ਕੱਢ ਲਈ, ਭਰ ਲਈ, ਖਾਲੀ ਕਰਤੀ, ਸਮਝਦੇ ਹੀ ਹੋ, ਤਾਂ ਫਿਰ ਬਾਬਾ ਇਹ ਆਉਣ ਵਾਲੇ 4-5 ਸਾਲਾਂ ਤੱਕ ਦਾ ਗੀਤ ਹੈ, ਆਪਾਂ ਅੱਜ ਗਾ ਕੇ ਜ਼ਰੂਰ ਵੇਖਦੇ ਹਾਂ। ਨਿਕਲਿਆ ਪਿਆ ਜਲੂਸ ਵੇ ਬਾਬਾ, ਨਿਕਲਿਆ ਪਿਆ ਜਲੂਸ, ਦੁੱਧ ਦਹੀਂ ਨੂੰ ਛੱਡ ਕੇ ਦੁਨੀਆ, ਦੁੱਧ ਦਹੀਂ ਨੂੰ ਛੱਡ ਕੇ ਦੁਨੀਆ ਖਾਂਦੀ ਫਿਰੇ ਘਾਹ ਫੂਸ ਵੇ ਬਾਬਾ, ਨਿਕਲਿਆ ਪਿਆ ਦੁੱਧ ਦਹੀਂ ਨੂੰ ਛੱਡ ਕੇ ਦੁਨੀਆ ਖਾਂਦੀ ਫਿਰੇ ਘਾਹ ਫੂਸ। ਅੱਜ ਕੱਲ੍ਹ ਕਿਸੇ ਮਾਂ ਨੂੰ ਪੁੱਛ ਕੇ ਦੇਖ ਲਓ, ਭੈਣ ਜੀ ਆਪਕਾ ਬੱਚਾ ਕਿਆ ਖਾਤਾ ਹੈ? ਅੱਗੋਂ ਮਾਵਾਂ ਹੁੱਪ ਕੇ ਕਹਿੰਦੀਆਂ, ਮੇਰਾ ਬੱਚਾ ਬਰਗਰ ਖਾਤਾ ਹੈ, ਮੇਰਾ ਬੱਚਾ ਰਾਜੂ ਕੁਲਚੇ ਵਾਲੇ ਕੀ ਦੁਕਾਨ ਸੇ ਕੁਲਚਾ ਖਾਤਾ ਹੈ। ਔਰ ਮਾਂ ਮੇਰੀ ਉਹ ਜਿਨਕਾ ਬੱਚਾ ਕੁਲਚਾ ਖਾਤਾ ਹੈ, ਉਹ ਫਿਰ ਮੇਰੀ ਤਰ੍ਹਾਂ 40 ਕਿਲੋ ਕਈ ਰਹਿ ਜਾਂਦਾ ਹੈ। ਐਵੇਂ ਨਹੀਂ ਵਾਰ ਸੋਹਣੀ ਗਾਉਂਦੇ, ਅੱਧੀਆਂ ਖੁਰਾਕਾਂ ਕੰਮ ਆਉਣੀਆਂ। ਆ ਸਾਡੇ ਪਿਓ ਦਾਦੇ, ਇਹ ਵੀ ਸਾਡੇ ਪਿਓ ਵਾਲੀ ਉਮਰ 'ਚ ਬੈਠੇ ਅਫਸਰ ਸਾਹਿਬ, ਸਿਹਤਾਂ ਦੱਸਦੀਆਂ, ਕਦ ਦੱਸਦੇ ਆ ਕਿ ਉਹ ਪੁਰਾਣੀਆਂ ਖੁਰਾਕਾਂ ਖਾਧੀਆਂ, ਉਹ ਖਾਧੀਆਂ। ਦੁੱਧ ਦਹੀਂ ਨੂੰ ਛੱਡ ਕੇ ਦੁਨੀਆ ਖਾਂਦੀ ਫਿਰੇ ਘਾਹ ਫੂਸ ਵੇ ਬਾਬਾ, ਨਿਕਲਿਆ ਪਿਆ ਤੰਦਰੁਸਤੀ ਖੰਭ ਲਾ ਕੇ ਉੱਡ ਗਈ ਤੇ ਹਰ ਕੋਈ ਖਾਵੇ ਦਵਾਈ, ਤੰਦਰੁਸਤੀ ਖੰਭ ਲਾ ਕੇ ਉਹ ਉੱਡ ਗਈ, ਤੰਦਰੁਸਤੀ ਖੰਭ ਲਾ ਕੇ ਉੱਡ ਗਈ, ਹਰ ਕੋਈ ਖਾਵੇ ਦਵਾਈ, ਡਾਕਟਰ ਕੋਲੋਂ ਕੋਈ ਨਾ ਬਚਿਆ ਕੀ ਬਾਬਾ ਕੀ ਮਾਈ, ਡਾਕਟਰ ਕੋਲੋਂ ਕੋਈ ਨਾ ਬਚਿਆ ਕੀ ਬਾਬਾ ਕੀ ਮਾਈ, ਅੱਧੀਆਂ ਬਿਮਾਰੀਆਂ ਇਹ ਨਹੀਂ ਲੱਗਦੀਆਂ, ਕਦੇ ਕਦੇ ਪੈਰਾਂ ਬਾਹਰ ਬੈਠਿਆ ਕਰੋ ਭਾਈ, ਇਹ ਤਾਂ ਕਈ ਵਾਰੀ ਮੈਂ ਬਹਿ ਜਾ ਮੈਨੂੰ ਮਸ਼ਕਰੀਆਂ ਕਰਦੇ ਆ, ਗਾਉਣ ਵਾਲਾ ਕਿਹੋ ਜਿਹਾ ਨੂੰ ਬੈਠਣਾ ਵੀ ਨਹੀਂ ਆਉਂਦਾ, ਪਰ ਏਦਾਂ ਬੈਠਣਾ ਮੈਨੂੰ ਲੱਗਦਾ ਵੀ ਕਈ ਬਿਮਾਰੀਆਂ ਜਿਹੜੀਆਂ ਨਹੀਂ ਲੱਗਦੀਆਂ। ਤੂੰ ਨੀਵਾਂ ਹੋ ਜਾ ਮਾੜਾ ਜਿਹਾ ਭਰਾ ਬਣ ਕੇ, ਉਹਨਾਂ ਦੇ ਮੂੰਹ 'ਚ ਨਹੀਂ ਦਿੰਦੇ ਯਾਰ। ਆ ਪੈਰਾਂ ਪਾਰ ਬੈਠਣ ਵਾਲਾ ਇੱਧਰਲੇ ਏਰੀਏ ਫਿਰ ਅਜੇ ਬਚੇ ਹੋਏ ਆ, ਪਹਿਲਾਂ ਸਾਡੀਆਂ ਮਾਵਾਂ ਜਿਹੜੀਆਂ ਆ ਬੈਠੀਆਂ, ਦਾਦੀ ਸਾਡੀ ਜਿਹੜੀਆਂ 60 ਤੋਂ ਉੱਪਰ ਨੇ, ਇਹਨਾਂ ਦੇ ਕੰਮ ਬੜੇ ਹੁੰਦੇ ਸੀ, ਜਿਹੜੇ ਪੈਰਾਂ ਭਾਰ ਬਹਿ ਕੇ ਹੁੰਦੇ ਸੀ, ਇਹ ਧਾਰਾਂ 'ਚ ਆਉਂਦੀਆਂ ਸੀ, ਉਹ ਵੀ ਪੈਰਾਂ ਭਾਰ ਬਹਿ ਕੇ ਐਕਸਰਸਾਈਜ਼ ਹੁੰਦੀ ਸੀ, ਇਹ ਦੁੱਧ ਰਿੜਕਦੀਆਂ ਸੀ ਪੈਰਾਂ ਭਾਰ ਬਹਿ ਕੇ ਐਕਸਰਸਾਈਜ਼ ਹੁੰਦੀ ਸੀ, ਇਹ ਵਾੜੇ 'ਚ ਪਾਥੀਆਂ ਪਾਦੀਆਂ ਸੀ ਬਹਿ ਕੇ ਐਕਸਰਸਾਈਜ਼, ਵਿਹੜੇ ਕੱਚੇ ਸੀ, ਮਿੱਟੀ ਲਿਪਦੀਆਂ ਸੀ, ਇੱਦਾਂ ਬਹਿ ਕੇ ਪੈਰਾਂ ਭਾਰ ਜਾਂਦੀਆਂ ਸੀ ਨਾ, ਬੰਦਾ ਤੜਕੇ ਪਾਣੀ ਦਾ ਡੱਬਾ ਲੱਗਿਆ ਜੰਗਲ ਪਾਣੀ ਜਾਂਦਾ ਸੀ, ਉੱਥੇ 15 ਮਿੰਟ ਬਹਿੰਦਾ ਸੀ, ਐਕਸਰਸਾਈਜ਼ ਹੈ। ਤੇ ਹੁਣ ਬੁਲਾਦੇ ਦੇ ਇਕੱਲੇ ਇਕੱਲੇ ਘਰ 'ਚ ਚੈੱਕ ਕਰ ਲਓ,
ਅੰਗਰੇਜ਼ੀ ਸੀਟਾਂ ਜਿਹੀਆਂ ਲੱਗ ਗਈਆਂ, ਬੰਦਾ ਇੱਥੇ ਜਿਹੇ ਬੈਠਾ ਹੈ। ਇਉਂ ਹੀ ਹੈ ਨਾ ਗੱਲ, ਨਾ ਇੱਥੇ ਹੈ ਅਤੇ ਨਾ ਇੱਥੇ ਹੈ। ਬੰਦਾ ਗਿਆ ਹੌਲਾ ਹੋਣ ਵਾਸਤੇ, ਕਹਿੰਦੇ ਵਿਚਾਲੇ ਟੰਗਦਾ। ਇਹ ਹੱਸਣ ਵਾਲੀਆਂ ਜ਼ਰੂਰ ਹੈ, ਪਰ ਕਿੰਨਾ ਰੌਲਾ ਪੈ ਰਿਹਾ ਅਖਬਾਰਾਂ 'ਚ, ਟੀਵੀਆਂ 'ਚ, ਪੰਜਾਬ ਐਡਵਾਂਸ ਹੋ ਗਿਆ। ਮੈਂ ਕਹਿੰਦਾ ਤਾਂ ਬੇੜਾ ਬਹਿ ਗਿਆ। ਫਸਲ ਗਿਆ ਬਾਲਾ ਕੁਛ। ਬਜ਼ੁਰਗ ਝੇਡਾਂ ਕਰਦੇ ਆ, ਕਹਿੰਦੇ ਵਿਆਹ ਹੁੰਦੇ ਸੀ ਸਾਡੇ ਵੇਲੇ, ਰੋਟੀਆਂ ਕਰਦੀਆਂ ਬੀਬੀਆਂ ਲਾਉਂਦੀਆਂ ਸੀ, ਨੱਚਣ ਵਾਲੇ ਬਾਹਰੋਂ ਆਉਂਦੇ ਸੀ। ਕਹਿੰਦਾ ਹੁਣ ਰੋਟੀਆਂ ਲਾਉਣ ਵਾਲੇ ਬਾਹਰੋਂ ਆਉਂਦੇ ਆ, ਤੇ ਬਾਕੀ ਤੁਹਾਨੂੰ ਪਤਾ ਹੀ ਹੈ। ਪਹਿਲਾਂ ਕਹਿੰਦੇ ਬੰਦੇ ਨਿਗਾਹ ਰੱਖਦੇ ਸੀ ਘਰੇ ਕੁੱਤਾ ਨਾ ਆਜੇ, ਹੁਣ ਕੁੱਤੇ ਨਿਗਾਹ ਰੱਖਦੇ ਆ ਬਾਹਰੋਂ, ਬੰਦਾ ਨਾ ਆਜੇ। ਤਾਂ ਇਹ ਬਦਲਦਾ ਜਾਂਦਾ ਹੈ। ਸਾਨੂੰ ਬਠਿੰਡੇ ਵਾਲਿਆਂ ਨੂੰ, ਮਾਨਸਾ ਨੂੰ ਪੰਜਾਬ ਵਾਲੇ ਬੈਕਵਰਡ ਕਹਿੰਦੇ ਆ। ਮੈਂ ਕਹਿੰਦਾ ਕਹਿੰਦੇ ਰਹਿਣ, ਜਿਹੜੇ ਬੈਕਵਰਡ ਕਹਿੰਦੇ ਆ ਇਹੀ ਬਾਬੇ ਨਾਨਕ ਵਾਲਾ ਪੰਜਾਬ ਬਚਿਆ, ਜਿਹੜੇ ਬਾਹਰ ਐਡਵਾਂਸ ਹੋ ਗਏ ਉਹ ਤਾਂ ਲੰਘ ਗਏ, ਜੇ ਬਚੀਦਾ ਤਾਂ ਬਚ ਲਓ। ਹਾਂ, ਇਹ ਸਾਡੇ ਮਾਲਵੇ ਦੀ ਤਬੀਅਤ ਬੋਲਦੀ ਆ, ਅਜੇ ਵੀ ਬਾਕੀਆਂ ਨਾਲੋਂ ਬਚੇ ਹੋਏ। ਤੰਦਰੁਸਤੀ ਖੰਭ ਲਾ ਕੇ ਉੱਡ ਗਈ ਤੇ ਹਰ ਕੋਈ ਖਾਵੇ ਤਬਾਹੀ, ਡਾਕਟਰ ਕੋਲੋਂ ਕੋਈ ਨਾ ਬਚਿਆ, ਕੀ ਬਾਬਾ ਕੀ ਮਾਈ, ਜਿੰਨੇ ਦੀ ਦਾਰੂ ਕੱਲਾ ਪੀਣਾ, ਤੁਹਾਡੇ ਜੋ ਵੀ ਬੰਦਾ ਕਿੰਨੇ ਹੋਣਗੇ, ਜਿੰਨੇ ਦੀ ਸਜਣਾ ਕੱਲਾ ਡਫਦਾ ਉਹਨੇ ਦਾ ਸਾਰਾ ਟੱਬਰ ਪੀ ਲੈ, ਜੂਸ ਵੇ ਬਾਬਾ ਨਿਕਲਿਆ ਪਿਆ। ਨਾਲ ਦੇ ਘਰ ਦਾ ਮਿਹਨਤ ਕਰਕੇ ਚੰਗੀ ਕੋਠੀ ਪਾ ਲੇ, ਆ ਬਾਈ ਜੀ ਵਾਂਗੂ ਮਿਹਨਤ ਕਰਕੇ ਚੰਗੀ ਕੋਠੀ ਪਾ ਲੇ, ਤੇ ਮੇਰੇ ਵਰਗਾ ਵੇਖ ਵੇਖ ਕੇ ਐਵੇਂ ਹੀ ਝੋਰੇ ਲਾ ਲੇ। ਅੱਜ ਕੱਲ ਆਪਦੇ ਦੁੱਖ ਦਾ ਉਹਨਾਂ ਦੁੱਖ ਨੀ ਜਿੰਨਾ ਦੂਜੇ ਦਾ ਸੁੱਖ ਤੰਗ ਕਰੀ ਜਾਂਦਾ ਹੈ, ਵੀ ਰੱਬਾ ਮੈਨੂੰ ਭਾਵੇਂ ਬਿਮਾਰ ਹੀ ਰੱਖੀ ਪਰ ਗਵਾਂਢੀ ਦਾ ਵੇੜਾ ਵਾਵੇ। ਨਾਲ ਦੇ ਘਰ ਦਾ ਮਿਹਨਤ ਕਰਕੇ ਚੰਗੀ ਕੋਠੀ ਪਾ ਲੇ, ਮੇਰੇ ਵਰਗਾ ਵੇਖ ਵੇਖ ਕੇ ਐਵੇਂ ਹੀ ਝੋਰੇ ਲਾ ਲੇ। ਉਹਨਾਂ ਨੇ ਦੱਸ ਕੀ ਕਰਨੀ ਕਮਾਈ, ਉਹਨਾਂ ਨੇ ਦੱਸ ਕੀ ਕਰਨੀ ਕਮਾਈ, ਹੋਜੀ ਦਾ ਪੁੱਤ ਨਿਕਲ ਜਾਏ ਊਤ ਵੇ ਬਾਬਾ ਨਿਕਲਿਆ ਪਿਆ। ਸੁਣ ਲਓ ਨੀ ਮੇਰੇ ਪੰਜਾਬ ਦੀ ਉਹ ਕੁੜੀਓ, ਸੁਣ ਲਓ ਨੀ ਮੇਰੇ ਪਿੰਡ ਦੀ ਉਹ ਕੁੜੀਓ, ਇਸ ਵੀਰ ਦਾ ਤੁਹਾਨੂੰ ਕਹਿਣਾ, ਸੁਣ ਲਓ ਨੀ ਮੇਰੇ ਘਰ ਦੀ ਉਹ ਕੁੜੀਓ, ਇਸ ਵੀਰ ਦਾ ਤੁਹਾਨੂੰ ਕਹਿਣਾ, ਚਿੱਟੀ ਪੱਗ ਤੇ ਦਾਗ ਜੇ ਲੱਗ ਗਿਆ ਇਹ ਮੁੜ ਕੇ ਨੀ ਲੈਣਾ, ਚਿੱਟੀ ਪੱਗ ਤੇ ਦਾਗ ਜੇ ਲੱਗ ਗਿਆ ਇਹ ਮੁੜ ਕੇ ਨੀ ਲੈਣਾ, ਆਪ ਸਿਆਣੀਆਂ ਹੋ ਜੋ ਨੀ ਤੁਸੀਂ, ਆਪ ਸਿਆਣੀਆਂ ਹੋ ਜੋ ਬਾਬਾ ਨਿਕਲਿਆ ਇਹ ਅਜੇ ਹੋਰ ਵੀ ਨਿਕਲੂਗਾ।